पीजीटी ਦੀਆਂ ਪੋਸਟਾਂ ਦੀ ਸੀਰੀਜ਼ ਹੈ ਦਿੱਤੀ ਹੋਈ, ਉਹਦੇ ਵਿੱਚ ਇੱਕ ਗੱਲ ਹੋਰ ਜ਼ਰੂਰੀ ਹੈ, ਅਸੀਂ ਜ਼ੋਰ ਲਗਾ ਦਿੰਨੇ ਹਾਂ ਨਾਰਮਲੀ ਬੀਐਡ ਵਿੱਚ ਅੱਤ ਦਾ ਜ਼ੋਰ ਲਗਾ ਦਿੰਨੇ ਹਾਂ ਕਿ ਮੇਰੇ ਮਾਰਕਸ ਲੱਗ ਜਾਣ, ਇੰਟਰਨਲ ਅਸੈਸਮੈਂਟ ਲੱਗ ਜਾਵੇ। ਕਾਲਜ ਵੀ ਇਹ ਤੁਹਾਨੂੰ ਲਾਲਚ ਦਿੰਦੇ ਹਨ ਕਿ ਇੱਥੇ ਇੰਟਰਨਲ ਅਸੈਸਮੈਂਟ ਜ਼ਿਆਦਾ ਲਗਾ ਦਾਂਗੇ, ਇਹ ਕਰ ਦਾਂਗੇ, ਉਹ ਕਰ ਦਾਂਗੇ, ਕਰਪਟ ਸਿਸਟਮ ਹੈ, ਮਾੜਾ ਸਿਸਟਮ ਹੈ। ਲੇਕਿਨ ਇਹ ਸਾਡੇ ਲਈ ਅਸਲ ਯੁੱਧ ਕੀ ਹੋਣਾ ਹੈ ਇਹ ਜਾਣਨਾ ਬਹੁਤ ਜ਼ਰੂਰੀ ਹੈ। ਤੋ ਪਿਛਲੇ ਵੀਡੀਓ ਵਿੱਚ ਮੈਂ ਦੱਸ ਆਇਆ ਹਾਂ ਕਿ ਕਿੰਨੀਆਂ ਪੋਸਟਾਂ ਪੀਜੀਟੀ ਦੀਆਂ ਕਿਸ ਸਬਜੈਕਟ ਦੇ ਨਿਕਲੀਆਂ ਸੀ, ਉਹਦੀ ਐਲੀਜੀਬਿਲਟੀ ਕੀ ਸੀ, ਤਾਂ ਜੋ ਤੁਹਾਨੂੰ ਸਬਜੈਕਟ ਚੂਜ਼ ਕਰਨ ਲਈ ਸਹਾਇਤਾ ਮਿਲ ਸਕੇ। ਇਹ ਵੀਡੀਓ ਦੇ ਵਿੱਚ ਪੰਜਾਬ ਗਵਰਨਮੈਂਟ ਨੇ ਜੋ ਪੀਜੀਟੀ ਦੀਆਂ ਪੋਸਟਾਂ ਕੱਢੀਆਂ ਹਨ ਉਹਦੇ ਚੁਣਨ ਦਾ ਢੰਗ ਕੀ ਹੈ, ਤੁਹਾਡੀ ਸਿਲੈਕਸ਼ਨ ਕਿਸ ਤਰ੍ਹਾਂ ਹੋਣੀ ਹੈ, ਉਸ ਨੂੰ ਸਮਝਿਆ ਜਾ ਸਕਦਾ ਹੈ। ਜਦ ਤੱਕ ਇਸ ਨੂੰ ਨਹੀਂ ਸਮਝਦੇ ਤੁਸੀਂ ਅਗਲੀ ਤਿਆਰੀ ਨਹੀਂ ਕਰ ਸਕਦੇ। ਫੋਰ ਐਗਜ਼ਾਮਪਲ ਅੱਜ ਬੀਐਡ 'ਚ ਐਡਮਿਸ਼ਨ ਲੈਣ ਦੇ ਤੁਸੀਂ ਕਗਾਰ 'ਤੇ ਹੋ, ਬਿਲਕੁਲ ਹੋ, ਐਡਮਿਸ਼ਨ ਮਿਲ ਜਾਏਗੀ ਤੁਹਾਨੂੰ, ਤਾਂ ਤੁਸੀਂ ਹੁਣ ਤੋਂ ਹੀ ਇਹ ਗੋਲ ਬਣਾ ਸਕਦੇ ਹੋ। ਅਸਲੀ ਗੋਲ ਤਾਂ ਇਹ ਹੈ, ਸਾਰੀ ਤਵੱਜੋ, ਇੰਨੀਆਂ ਵੀਡੀਓ ਮੈਂ ਇਸੇ ਲਈ ਬਣਾਈਆਂ, ਸਿਰਫ ਇਹ ਗੱਲ ਦੱਸਣ ਲਈ ਕਿ ਅਸਲੀ ਯੁੱਧ ਇਹ ਹੈ, ਅਸੀਂ ਯੁੱਧ ਹੀ ਕੋਈ ਹੋਰ ਲੜ ਰਹੇ ਹਾਂ। ਇਹਨਾਂ ਅਸਾਮੀਆਂ ਦੀ ਭਰਤੀ ਕਰਨ ਲਈ ਪੰਜਾਬ ਸਟੇਟ 150 ਅੰਕਾਂ ਦਾ ਲਿਖਤੀ ਟੈਸਟ ਲਿਆ ਜਾਵੇਗਾ, ਜੋ ਇਹਨਾਂ ਅਸਾਮੀਆਂ ਲਈ ਦਰਸਾਈਆਂ ਗਈਆਂ ਵਿਦਿਅਕ ਪ੍ਰੋਫੈਸ਼ਨਲ ਯੋਗਤਾਵਾਂ ਜੋ ਦੂਜੀਆਂ ਵੀਡੀਓ ਵਿੱਚ ਹੈ, ਨਿਰਧਾਰਿਤ ਹੋਰ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਅਤੇ ਉਮੀਦਵਾਰਾਂ ਦੀ ਮੈਰਿਟ ਨਿਰੋਲ ਲਿਖਤੀ ਟੈਸਟ ਦੇ ਆਧਾਰ 'ਤੇ ਬਣਾਈ ਜਾਵੇਗੀ। ਤੁਸੀਂ ਇੱਥੇ ਜਿੰਨੇ ਮਰਜ਼ੀ ਬੀਏ ਦੇ ਮਾਰਕਸ ਲਾ ਲਓ, ਬੀਕੌਮ ਦੇ ਮਾਰਕਸ ਲਾ ਲਓ, ਤੁਹਾਡੀ ਗ੍ਰੈਜੂਏਸ਼ਨ ਦੇ, ਪੋਸਟ ਗ੍ਰੈਜੂਏਸ਼ਨ ਦੇ ਮਾਰਕਸ, ਉਹ ਐਲੀਜੀਬਿਲਟੀ ਨੇ, ਜੋ ਮੈਰਿਟ ਬਣਨੀ ਆ, ਤੁਹਾਡੀ ਸਿਲੈਕਸ਼ਨ ਹੋਣੀ ਆ। ਫੋਰ ਐਗਜ਼ਾਮਪਲ ਇੱਕ ਸ਼ਖਸ ਦੇ ਜਿਹੜੇ ਉਹਦੇ ਪੋਲੀਟੀਕਲ ਸਾਇੰਸ ਦੇ ਲੈਕਚਰਰਸ਼ਿਪ ਦੀ ਗੱਲ ਕਰ ਲੈਂਦੇ ਹਾਂ, ਪੰਜਾਬੀ ਦੀ ਕਰ ਲੈਂਦੇ ਹਾਂ, ਉਹ 55% ਹੈ, ਦੂਸਰੇ ਦੇ 70% ਹੈ। ਹਾਂ, ਲੇਕਿਨ ਇਸ ਸ਼ਖਸ ਨੇ ਸਿਲੈਕਸ਼ਨ ਟੈਸਟ 'ਚੋਂ 150 'ਚੋਂ 140 ਸਕੋਰ ਲੈ ਲਿਆ, ਲੇਕਿਨ ਇਸ ਸ਼ਖਸ ਨੇ 120 ਸਕੋਰ ਲਿਆ ਹੈ। ਦੇਖੋ ਤੁਸੀਂ ਇਹ ਸਿਲੈਕਸ਼ਨ ਇਹਨਾਂ ਦੀ ਹੋ ਰਹੀ ਹੈ। ਜੇ ਟਾਈ ਹੈ ਹੋਣਾ ਉੱਥੇ ਕੁਛ ਫਾਇਦਾ ਹੋ ਜਾਂਦਾ ਐਡੀਸ਼ਨਲ ਕੁਆਲੀਫਿਕੇਸ਼ਨ ਦਾ, ਪਰ ਉਸ ਤੋਂ ਵੀ ਵੱਧ ਫਾਇਦਾ ਹੁੰਦਾ ਹੈ ਉਮਰ ਦਾ, ਉਹ ਜਾਣ ਲੈਂਦੇ ਹਾਂ। ਸਭ ਕੁਝ ਜਾਣਨਾ ਜ਼ਰੂਰੀ ਹੈ। ਗੋਲ ਕੀ ਹੈ, ਜਿਹੜਾ ਸ਼ੁਰੂ 'ਚ ਸਾਨੂੰ ਪਤਾ ਲੱਗ ਜਾਏ, ਬੀਐਡ ਸ਼ੁਰੂ ਕਰਨੀ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਸਾਡੀ ਸਿਲੈਕਸ਼ਨ ਕਿਸ ਤਰ੍ਹਾਂ ਹੋਣੀ ਹੈ। ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦੀ ਲਿਖਤੀ ਟੈਸਟ ਦੇ ਬਰਾਬਰ ਅੰਕ ਆਉਂਦੇ ਹਨ, ਮੰਨ ਲਓ ਦੋ ਜਾਣਿਆਂ ਦੇ 140 ਆ ਗਏ, ਔਰ ਦੋਨੇ ਜਨਰਲ ਕੈਟਾਗਰੀ ਦੇ ਜਾਂ ਸੇਮ ਕੈਟਾਗਰੀ ਦੇ ਹਨ, ਹੈ ਨਾ, ਆਉਂਦੇ ਹਨ, ਤਾਂ ਉਸ ਉਮੀਦਵਾਰ ਦੀ ਉਮਰ ਵੱਧ ਹੋਏਗੀ। ਮੰਨ ਲਓ ਇਹਨਾਂ ਦੀ ਉਮਰ ਜਿਹੜੀ ਸੀ ਇਹਨਾਂ ਤੋਂ 1 ਸਾਲ ਜ਼ਿਆਦਾ ਹੈ, 1 ਈਅਰ ਜ਼ਿਆਦਾ ਹੈ, ਓਕੇ, ਉਸ ਨੂੰ ਮੈਰਿਟ ਵਿੱਚ ਪਹਿਲ ਦਿੱਤੀ ਜਾਏਗੀ, ਇਹਨਾਂ ਨੂੰ ਪਹਿਲ ਦਿੱਤੀ ਗਏਗੀ, ਉਮਰ ਦਾ ਫਾਇਦਾ ਹੈ। ਇਸ ਲਈ ਯੁੱਧ ਜਿਹੜਾ ਹੈ ਫਿਰ ਸਕੋਰ 'ਤੇ ਆ ਗਿਆ ਕਿ ਉਮਰ ਵਾਲਾ ਅੱਗੇ ਨਾ ਨਿਕਲ ਜਾਏ, ਮੈਂ ਸਕੋਰ ਇੱਕ ਵਾਧੂ ਲੈ ਲਾਂ, ਪਹਿਲ ਦੇ ਰੱਖਿਆ ਜਾਏਗਾ। ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦੇ ਅੰਕ ਅਤੇ ਉਮਰ ਦੋਨੋਂ ਮਿਲ ਗਏ, ਮੰਨ ਲਓ ਇਹਨਾਂ ਦੀ 1 ਸਾਲ ਸੀ, ਇਹਨਾਂ ਦੀ ਉਮਰ ਵੀ ਬਰਾਬਰ ਸੀ, ਇਹਨਾਂ ਦੀ ਉਮਰ ਮੰਨ ਲਓ ਸੀ 1990 ਹੈ, ਮੰਨ ਲਓ, ਠੀਕ ਹੈ, ਦੋਨਾਂ ਦੀ ਸੇਮ ਬਰਥਡੇ ਹੈ ਔਰ ਸੇਮ ਰੈਂਕ ਆ ਗਿਆ। ਇਸ ਕੇਸ ਵਿੱਚ ਕੀ ਹੋਏਗਾ, ਇਸ ਕੇਸ ਵਿੱਚ ਹੈ, ਜੇਕਰ ਇਹ ਬਹੁਤ ਘੱਟ ਕੰਡੀਸ਼ਨ ਹੁੰਦੀ, ਇੱਕ ਤੋਂ ਵੱਧ ਉਮੀਦਵਾਰਾਂ, ਮੈਂ ਕੋਸ਼ਿਸ਼ ਕਰਾਂਗਾ ਕੁਛ ਜਿਹੜੇ ਲੋਕ ਸਿਲੈਕਟ ਹੋਏ ਨੇ ਜਿਨ੍ਹਾਂ ਨੇ ਇਹ ਇੰਨੇ ਯੁੱਧ ਕਰਕੇ ਜੋ ਗਵਰਨਮੈਂਟ ਜੋਬ ਪ੍ਰਾਪਤ ਕੀਤੀ ਹੈ, ਕਈਆਂ ਨੇ 6-6 ਸਾਲ ਲਗਾਏ ਨੇ ਗਵਰਨਮੈਂਟ ਜੋਬ ਪ੍ਰਾਪਤ ਕੀਤੀ ਹੈ, ਉਹ ਸ਼ਖਸ ਦੀ ਇੰਟਰਵਿਊ ਤੁਹਾਨੂੰ ਪਾਵਾਂ ਕਿ ਉਹਨਾਂ ਨੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ। ਜੇ ਤੁਸੀਂ ਕਮੈਂਟ ਕਰੋਗੇ ਤਾਂ ਥੋੜ੍ਹਾ ਯਾਦ ਰਹੇਗਾ। ਮੈਨੂੰ ਮੈਰਿਟ ਵਿੱਚ ਪਹਿਲ ਦੇ ਰੱਖਿਆ ਦਿੱਤੇ ਹੈ, ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦੇ ਅੰਕ ਅਤੇ ਉਮਰ ਦੋਨੋਂ ਇੱਕੋ ਜਿਹੇ ਹੋਣਗੇ ਤਾਂ ਉਮੀਦਵਾਰ ਦੀ ਪੋਸਟ ਗ੍ਰੈਜੂਏਸ਼ਨ ਦੇ, ਠੀਕ ਹੈ, ਹੁਣ ਉਹਦਾ ਫਾਇਦਾ ਹੋਇਆ ਕਿ ਜਿਸ ਦੇ 70% ਸਨ, ਓਕੇ, ਜਿਸ ਦੇ 55% ਸਨ, ਪਹਿਲਾ ਯੁੱਧ ਹੀ, ਇਸ ਲਈ ਇੱਥੇ ਤੱਕ ਯੁੱਧ ਹੈ। ਬਾਕੀ ਤਾਂ ਸਿਲੈਕਸ਼ਨ ਟੈਸਟ 'ਤੇ ਜ਼ੋਰ ਲਾ ਦਿਉ, 1-2-4 ਮਾਰਕਸ ਤੁਸੀਂ ਗੇਨ ਕਰ ਸਕਦੇ ਹੋ ਵਿੱਚ ਵੱਧ ਪ੍ਰਤੀਸ਼ਤ ਹੋਣਗੇ, ਉਸ ਨੂੰ ਮੈਰਿਟ ਵਿੱਚ ਪਹਿਲ ਦਿੱਤੀ ਜਾਏਗੀ। ਫੋਰ ਐਗਜ਼ਾਮਪਲ 10 ਨਵੰਬਰ ਨੂੰ ਇਹਨਾਂ ਦਾ ਜਨਮ ਹੋਇਆ, 140 ਮਾਰਕਸ ਇਹਨਾਂ ਦਾ ਸੀ, 140 ਮਾਰਕਸ ਇਹਨਾਂ ਦੇ ਸੀ, ਪਰ ਇਹਨਾਂ ਦੇ 70% ਸੀ, ਇਹਨਾਂ ਦੇ 55% ਸੀ, ਸੋ ਇਹ 70% ਵਾਲੇ ਨੂੰ ਮੈਰਿਟ ਵਿੱਚ ਇੱਕ ਅੱਗੇ ਇਹ ਚਲੇ ਜਾਂਦੇ ਨੇ ਜਿਹਨਾਂ ਦੇ 70% ਨੇ, ਠੀਕ, ਪਹਿਲ ਵਿੱਚ ਰੱਖਿਆ ਜਾਏਗਾ। ਅੱਗੇ ਪੜ੍ਹ ਲਈਏ ਹੋਰ ਕੀ ਨੇ ਪੀਜੀਟੀ ਦੀਆਂ ਸ਼ਰਤਾਂ, ਹੋਰ ਸ਼ਰਤਾਂ ਅਤੇ ਬਾਨਾਂ ਜੋ ਕਿ ਹਰੇਕ ਵਿਗਿਆਪਨ ਵਿੱਚ ਦਿੱਤੀਆਂ ਜਾਂਦੀਆਂ ਹਨ, ਅਦਾਇਗੀ ਯੋਗ ਰਕਮ ਹੈ, ਹੋਰ ਕੀ ਹੈ, ਚੁਣੇ ਗਏ ਉਮੀਦਵਾਰਾਂ ਨੂੰ ਪੰਜਾਬ ਸਰਕਾਰ ਸਿੱਖਿਆ ਵਿਭਾਗ ਇਹ ਸ਼ਾਖਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਜਾਰੀ ਕੀਤੇ ਪੇ ਮੈਟ੍ਰਿਕ ਰੁਪਏ 35,400 ਤੁਹਾਡਾ ਪੇ ਸਕੇਲ ਕੀ ਹੋਏਗਾ, ਬਿਨਾਂ ਕਿਸੇ ਭੱਤੇ 'ਤੇ ਮਿਲਣ ਯੋਗ ਹੋਵੇਗਾ। ਇਸ ਤੋਂ ਇਲਾਵਾ ਉਮਰ ਸੀਮਾ ਕੀ ਹੈ, ਇੱਥੇ ਦਿੱਤੀ ਗਈ ਹੈ, ਇਹਨੂੰ ਫਾਈਨਲ ਨਹੀਂ ਸਮਝਣਾ ਕਿ ਉਹ ਇੱਕ ਡੇਟ ਦਿੱਤੀ ਹੈ ਜਦੋਂ ਐਡ ਆਉਂਦੀ ਹੈ, 18-37 ਸਾਲ ਅਪਰ ਉਮਰ ਹੈ, ਇਹ ਰਹੀ।
दरमियान होवे। पंजाब राज दे अनुसूचित जाति पछड़ी जातियां दे उम्मीदवारां दे उपरली उम्र की सीमा हद 5 साल उन्हां दी वधदी है। होर राज्यां ते केंद्रीय सरकार दे कर्मचारियों नूं उपरली हद सीमा 45 साल। पंजाब होर राज्यां ते केंद्रीय सरकार दे कर्मचारियां है ना उन्हां लई उपरली उम्र 45 साल तक होवेगी। सो ये ने जिहड़ियां मेन शर्तां ने जिहड़े तुसी प्राप्त करनियां है, ख्याल रखना है। पंजाब राज दियां विधवा ते तलाकशुदा औरत दी उपरली उम्र सीमा हद 42 साल होवेगी। पंजाब दे वसनीक विकलांग दी उम्र हद 10 साल दी छोट होवेगी, मतलब कि जिन्नी भी बनती है 37 पर 47 हो जाएगी। पंजाब दे साबका फौजियां दी उम्र फौज विच कीती सेवा दा समा उन्हां दी उम्र विचों घटाउण दे बाद बाकी बची उम्र जेकर सेवा रूलां अनुसार असामी दी उपरली सीमा तो 3 साल वध होवेगी तां उन्हां नूं उम्र सीमा दीआं शर्तां ते संतुष्टी देनी पवेगी। बिने पत्र प्रोसैसिंग फीस है, ये असीं देण नूं तैयार हाँ, तुसीं पोस्टां कढ़ो। नोट साबका सैनिक दी खुद फीस अदायगी दी छोट होएगी, फीस दा नहीं कोई लैणा देणा सानूं। आम शर्तां जिहड़े उम्मीदवार अनुसूचित जाति पछड़ी जाति दा राखवांकरण लाभ लैणा चाहुंदे हन उह जाति सर्टिफिकेट नाल संबंधित समर्थ अधिकारी वल्लों जारी कीते होण अते जाति स्पष्ट तौर ते लिखी होवे। मेरे ख्याल स्पष्ट है जाति, ये तुसीं खुद पढ़ सकते हो। इस्त्री हाँ ये जरूरी है। पछड़ी जाति दे उम्मीदवार जिन्हां सर्टिफिकेट दे विआह दे उपरंत पति दा नाम ते बने हन जिन्हां इस्त्रियां दे है ना, ਉਹ ਇਸਤਰੀ ਉਮੀਦਵਾਰਾਂ ਨੂੰ ਸਕਿਉਰਿਟੀ ਸਮੇਂ ਉਹ ਸਰਟੀਫਿਕੇਟ ਜਿਸ ਵਿੱਚ ਪਿਤਾ ਦਾ ਨਾਮ ਦਰਜ ਹੈ, ਪਿਤਾ ਦੀ ਅਨੁਸੂਚਿਤ ਜਾਤੀ ਜਾਂ ਪਛੜੀ ਜਾਤੀ ਸ਼੍ਰੇਣੀ ਦਾ ਸਰਟੀਫਿਕੇਟ ਸਬੂਤ ਵਜੋਂ ਪੇਸ਼ ਕਰਨਾ ਹੋਏਗਾ। ਜੇਕਰ ਉਹ ਅਜੇ ਸਰਟੀਫਿਕੇਟ ਪੇਸ਼ ਨਹੀਂ ਕਰਦੇ ਤਾਂ ਉਸਦੀ ਪਾਤਰਤਾ ਅਨੁਸੂਚਿਤ ਜਾਤੀ ਅਤੇ ਪਛੜੀ ਜਾਤੀ ਨੂੰ ਸ਼੍ਰੇਣੀ ਜਿਹੋ ਜਿਹਾ ਵੀ ਕੇਸ ਹੋਵੇਗਾ ਨਹੀਂ ਵਿਚਾਰੀ ਜਾਵੇਗੀ। ਅਨੁਸੂਚਿਤ ਜਾਤੀ ਦਾ ਰਾਖਵਾਂਕਰਨ ਪੰਜਾਬ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਨੌਕਰੀਆਂ ਵਿੱਚ ਰਾਖਵਾਂਕਰਨ ਐਕਟ 2006 ਅਨੁਸਾਰ ਹੋਵੇਗਾ, ਪਰੰਤੂ ਉਹਨਾਂ ਦੀ ਚੋਣ ਇਸ ਸੰਬੰਧ ਵਿੱਚ ਮਾਨਣ ਯੋਗ ਸੁਪਰੀਮ ਕੋਰਟ ਵਿਖੇ ਪੈਂਡਿੰਗ ਕੇਸ ਹੈ, ਜੋ ਵੀ ਕੇਸ ਚੱਲਦਾ ਹੈ ਉਸਦੇ ਅਨੁਸਾਰ ਹੋਏਗੀ। ਪਛੜੀ ਸ਼੍ਰੇਣੀ ਅਤੇ ਸਰਟੀਫਿਕੇਟ ਉਦੋਂ ਤੱਕ ਵੈਲਿਡ ਮੰਨਿਆ ਜਾਏਗਾ ਜਦੋਂ ਤੱਕ ਪ੍ਰਾਰਥੀ ਕ੍ਰੀਮੀ ਲੇਅਰ ਦੇ ਦਾਇਰੇ ਵਿੱਚ ਨਹੀਂ ਆ ਜਾਂਦਾ। ਇੱਕ ਲਿਮਿਟ ਰੱਖੀ ਹੈ ਕ੍ਰੀਮੀ ਲੇਅਰ ਕਿ ਇੰਨੇ ਹਜ਼ਾਰ ਰੁਪਈਆ, ਇੰਨੇ ਲੱਖ ਰੁਪਈਆ ਜੇ ਤੁਹਾਡੀ ਇਨਕਮ ਹੈ ਤਾਂ ਤੁਸੀਂ ਉਹ ਕ੍ਰੀਮੀ ਲੇਅਰ 'ਚ ਆ ਜਾਂਦੇ ਹੋ। ਨੋਨ ਕ੍ਰੀਮੀ ਲੇਅਰ ਨੂੰ ਰਿਜ਼ਰਵੇਸ਼ਨ ਮਿਲਦੀ ਹੈ, ਤੁਹਾਨੂੰ ਪਤਾ ਹੋਏਗਾ ਜਿਹੜਾ ਵੀ ਕੈਟਾਗਰੀ ਦਾ ਹੈ। ਪਛੜੀ ਸ਼੍ਰੇਣੀ ਦਾ ਲਾਭ ਪ੍ਰਾਪਤ ਕਰਨ ਲਈ ਉਮੀਦਵਾਰ ਨੂੰ ਦਸਤਾਵੇਜ਼ ਦੀ ਸਕਰੂਟਨੀ ਸਮੇਂ ਆਪਣੀ ਪ੍ਰਤੀ ਬੇਨਤੀ ਦੇ ਨਾਲ ਇੱਕ ਘੋਸ਼ਣਾ ਪੱਤਰ ਦੇਣਾ ਪਵੇਗਾ ਕਿ ਉਸਦੀ ਸਟੇਟਸ ਵਿੱਚ ਕੋਈ ਤਬਦੀਲੀ ਨਹੀਂ ਆਈ ਅਤੇ ਉਹ ਕ੍ਰੀਮੀ ਲੇਅਰ ਦੇ ਦਾਇਰੇ ਵਿੱਚ ਹੈ, ਇਹ ਹੋ ਜਾਂਦਾ ਹੈ। ਮੇਰੇ ਖਿਆਲ 'ਚ ਇਹ ਜ਼ਿਆਦਾ ਜ਼ਰੂਰੀ ਨਹੀਂ ਹੈ, ਤੁਸੀਂ ਖੁਦ ਪੜ੍ਹ ਲਓ। ਸਾਬਕਾ ਸੈਨਿਕ ਦੇ ਕੋਟੇ ਅਧੀਨ ਰਾਖਵਾਂਕਰਨ ਹੈ, ਸੁਤੰਤਰਤਾ ਸੈਨਾਨੀਆਂ ਦਾ ਇਹ ਰਾਖਵਾਂਕਰਨ ਹੈ। ਖਿਡਾਰੀ ਕੋਟੇ ਦੇ ਰਾਖਵੇਂਕਰਨ ਵਾਲੇ ਉਮੀਦਵਾਰਾਂ ਨੂੰ ਸਕਰੂਟਨੀ ਸਮੇਂ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ ਜਿਸ ਵਿੱਚ ਡਾਇਰੈਕਟਰ ਸਪੋਰਟ ਪੰਜਾਬ ਵੱਲੋਂ ਗ੍ਰੇਡੇਸ਼ਨ ਕੀਤੀ ਹੋਵੇ। ਸਪੋਰਟਸ ਕੈਟਾਗਰੀ ਵਿੱਚ ਸਿਰਫ ਸਪੋਰਟਸ ਮੈਰਿਟ ਨੂੰ ਹੀ ਆਧਾਰ ਮੰਨਿਆ ਜਾਵੇਗਾ। ਡਾਇਰੈਕਟ ਸਪੋਰਟਸ ਪੰਜਾਬ ਵੱਲੋਂ ਆਪਣੇ ਨਿਯਮਾਂ ਅਨੁਸਾਰ ਤਿਆਰ ਕੀਤੀ ਜਾਵੇਗੀ। ਅਪਾਹਜ ਕੋਟੇ ਦਾ ਰਾਖਵਾਂਕਰਨ ਪੰਜਾਬ ਸਰਕਾਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਵਾਹ ਇਸ ਦੇ ਮੁਤਾਬਕ ਹੋਏਗਾ। ਬਾਲ ਜੋ ਵੀ ਵਿਵਾਹ ਨਹੀਂ ਗਲਤ ਹੋ ਗਿਆ, ਇਹ ਅਸਾਮੀਆਂ ਪੰਜਾਬ ਸਿਵਲ ਸਰਵਿਸ ਰਿਜ਼ਰਵੇਸ਼ਨ ਆਫ ਪੋਸਟ ਵੂਮੈਨ ਰੂਲ ਇਸ ਦੇ ਮੁਤਾਬਕ ਹੋਣਗੀਆਂ। ਇਹ ਅਸਾਮੀਆਂ ਪੰਜਾਬ ਸਰਕਾਰ ਸਮਾਜਿਕ ਨਿਆਂ ਅਤੇ ਹੈ ਨਾ ਇਹ 2022 ਦੀਆਂ ਨੇ ਸਾਰੀਆਂ। ਰਾਖਵਾਂਕਰਨ ਦੀ ਨੀਤੀ ਪੰਜਾਬ ਸਰਕਾਰ ਦੀਆਂ ਸਮੇਂ ਸਮੇਂ 'ਚ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਹੋਏਗੀ। ਰਾਖਵਾਂਕਰਨ ਦੇ ਲਾਭ ਕੇਵਲ ਪੰਜਾਬ ਦੇ ਪੱਕੇ ਵਾਸੀਆਂ ਨੂੰ ਹੀ, ਪੰਜਾਬ ਤੋਂ ਬਾਹਰ ਵਾਲਿਆਂ ਲਈ ਰਿਜ਼ਰਵੇਸ਼ਨ ਨਹੀਂ ਹੁੰਦੀ, ਇਹ ਉਹਨਾਂ ਲਈ ਹੈ। ਉਮੀਦਵਾਰ ਵੱਲੋਂ ਭਰੀ ਗਈ ਕੈਟਾਗਰੀ ਦੇ ਅੰਤਮ ਮੰਨੀ ਜਾਏਗੀ, ਉਸ ਤੋਂ ਬਾਅਦ ਮਤਲਬ ਤੁਸੀਂ ਕੈਟਾਗਰੀ ਨੂੰ ਚੇਂਜ ਨਹੀਂ ਕਰ ਸਕਦੇ। ਜਿਹੜੇ ਉਮੀਦਵਾਰ ਵਿਮੁਕਤ ਜਾਤੀ ਦਾ ਸੰਬੰਧ ਹੋਣਗੇ ਉਹ ਆਨਲਾਈਨ ਅਪਲਾਈ ਕਰਦੇ ਸਮੇਂ ਆਪਣੀ ਕੈਟਾਗਰੀ ਵਿੱਚ ਅਪਲਾਈ ਕਰਨਗੇ। ਉਮੀਦਵਾਰ 10ਵੀਂ ਪੱਧਰ 'ਤੇ ਪੰਜਾਬੀ ਪਾਸ ਹੋਵੇ, ਮੋਸਟ ਇੰਪੋਰਟੈਂਟ। ਪੁਰਸ਼ ਅਤੇ ਇਸਤਰੀ ਦੋਵਾਂ ਦੀ ਮੈਰਿਟ ਸਾਂਝੀ ਬਣੇਗੀ। ਵਿਗਿਆਪਨ ਵਿੱਚ ਦਰਜ ਅਸਾਮੀਆਂ ਸਰਕਾਰ ਵੱਲੋਂ ਵਧਾਈਆਂ ਘਟਾਈਆਂ ਜਾ ਸਕਦੀਆਂ ਹਨ। ਵਿਗਿਆਪਨ ਵਿੱਚ ਕਿਸੇ ਵੀ ਪ੍ਰਕਾਰ ਕਾਰਨ ਰੱਦ ਕਰਨ ਦਾ ਅਧਿਕਾਰ ਪਾਸ ਹੋਏਗਾ। ਆਨਲਾਈਨ ਫਾਰਮ ਭਰਨ ਦੇ ਕਿਸੇ ਵੀ ਗਲਤੀ ਲਈ ਉਮੀਦਵਾਰ ਆਪ ਜ਼ਿੰਮੇਵਾਰ ਹੋਏਗਾ। ਆਨਲਾਈਨ ਅਪਲਾਈ ਕਰਦੇ ਹੋਏ ਉਮੀਦਵਾਰ ਨੂੰ
साइबर कैफे अटेंडेंट की मदद लैन समय अपना फॉर्म आप भरन की सलाह दी जाती है। एप्लीकेशन फॉर्म में एक बार डाटा भरन तो बाद अपूर्व करन दे बाद उसनु कोई भी तब्दील करन दे सो ये भरन दे संबंधी है, खुद तुहाड़ी जिम्मेवारी है। उम्मीदवार वालों असामी लई केवल अप्लाई करन जा उसकी दस्तावेज लई स्क्रूटनी ते बुलाए जाने ते ही कोई नियुक्ति का अधिकार नहीं हो जाएगा। जे तुहानू बुला लिया स्क्रूटनी इस मीन नहीं जॉब मिल गई है। इस भर्ती संबंधी सिक्ख्या भर्ती डायरैक्टोरेट पंजाब वालों लिया गया फैसला अंतिम होएगा। उम्मीदवारों ने अपने मोबाइल नंबर ईमेल पता वगैरह हो जाएगा। पंजाब के वकील विकलांग उम्मीदवार वालों उपरोक्त तो उही फीस जमा नहीं जरूरी। किसी उम्मीदवार को फीस की माफ़ी की छूट नहीं दी जाएगी। उम्मीदवार यह सलाह दी जाती कि भर्ती दे बाना चंगी तरह पढ़ के है ना इंस्ट्रक्शन अच्छी तरह पढ़ लैन आप पढ़ ही लिया हैं। सो पब्लिक नोटिस आते रहेंगे। जरूरी नोट उम्मीदवार की विद्यक प्रोफेसनल योग्यता सर्टिफिकेट अप्लाई करने की आखिरी मिति दे जां पहले दे बने हो वेरी इंपॉर्टेंट। देखो लास्ट यह है गल कि उम्मीदवार की विद्यक प्रोफेसनल योग्यता सर्टिफिकेट अप्लाई करने की आखिरी मिति दे जां पहले अप्लाई करने की एक लेट दें कि लास्ट डेट ऑफ फिलिंग इज दिस फॉर एग्जाम्पल है ना 10 नवंबर यह है। सो इस तो पहला दे जड़े है तुहाड़ा एलिजिबिलिटी सर्टिफिकेट योग्यता वाला सर्टिफिकेट ये नहीं है कि BC SC वगैरह वो नहीं जड़े तुहाड़े PGT पोस्ट ग्रैजुएशन का है ग्रैजुएशन का है वो सर्टिफिकेट तुहाड़े पहला आ गया। हुण एडिशनल पेपर दिता उसका रिजल्ट पहला आ गया होवे। रिजर्वेशन का लाभ लैण लई वख-वख कैटागरिया दे सर्टिफिकेट जिमें SC BC अंगण होर लोड़ीदे सर्टिफिकेट आ सर्टिफिकेट स्क्रूटनी के समय जमा वो बाकी जड़े हैं वो उदों जमा तो चैक करवाउंदे उपरंत मनण योग होणगे। स्क्रूटनी प्रोसैस खत्म होण दे बाद किसी भी उम्मीदवार के प्रति बेनती प्रवाह नहीं की जाएगी। ऑनलाइन अप्लाई करन दी विधि चलो ये उस वक्त होएगी जरूरी नहीं है सेम होवे हर बार है ना। उम्मीदवार ने पहले उपरोक्त ये नहीं है मेरे ख्याल से ये खत्म है। सो इस तो तुसी गाइडलाइन लै सकते हो। इस नोटिस जो पिछे आया है PGT का है मैं पढ़िया TGT का वक्रे तौर पर दे दाँगा। थैंक यू।